ਸੱਜਣੋ, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਅਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਨਿੱਕੇ ਹੁੰਦਿਆਂ ਤੁਸੀਂ ਇੱਕ ਗਾਣਾ ਜ਼ਰੂਰ ਸੁਣਿਆ ਹੋਏਗਾ, ਅਸੀਂ ਤਾਂ ਕਈ ਵਾਰੀ ਸੁਣਿਆ, ਹੋ ਸਕਦਾ ਤੁਸੀਂ ਵੀ ਸੁਣਿਆ ਹੋਵੇ। ਸਨੀ ਦੇਵਲ ਦੀ ਇੱਕ ਫਿਲਮ ਸੀ ਅਤੇ ਉਹ 'ਚ ਗਾਣਾ ਆਉਂਦਾ ਹੁੰਦਾ ਸੀ, ਜਬ ਹਮ ਜਵਾਂ ਹੋਵਾਂਗੇ। ਜਾਣੇ ਕਹਾਂ ਹੋਵਾਂਗੇ ਗਾਣਾ ਬੜਾ ਮੈਨੂੰ ਵੀ ਪਸੰਦ ਸੀ, ਸਾਰੀ ਲੁਕਾਈ ਨੂੰ ਬਹੁਤ ਪਸੰਦ ਸੀ। ਅਤੇ ਇਸ ਗਾਣੇ ਦੇ ਵਿੱਚ ਸਨੀ ਦੇਵਲ ਇਹ ਕਹਿ ਰਿਹਾ ਕਿ ਜਬ ਹਮ ਜਵਾਂ ਹੋਵਾਂਗੇ ਜਾਣੇ ਕਹਾਂ ਹੋਵਾਂਗੇ। ਕੋਈ ਪਤਾ ਨਹੀਂ ਕੌਣ ਕਿੱਥੇ ਹੋਵੇ। ਅਤੇ ਇੱਦਾਂ ਹੀ ਕਰਤਾਰਪੁਰ ਕੋਰੀਡੋਰ ਵੀ ਇੱਕ ਸਾਲ ਪਹਿਲੇ ਤਾਂ ਕਿਸੇ ਨੂੰ ਵੀ ਨਹੀਂ ਸੀ ਪਤਾ, ਔਰ 70 ਸਾਲ ਹੋ ਗਏ ਸੀ ਲੋਕਾਂ ਨੂੰ ਇਸ ਇੰਤਜ਼ਾਰ ਦੇ ਵਿੱਚ, ਇਸ ਉਡੀਕ ਦੇ ਵਿੱਚ ਕਿ ਕਦੀ ਕੋਈ ਐਵੇਂ ਦਾ ਰਾਹ ਬਣੇਗਾ, ਕਦੀ ਕੋਈ ਐਵੇਂ ਦਾ ਵੇਲਾ ਆਏਗਾ ਕਿ ਉਹਨਾਂ ਨੂੰ ਬੜਾ ਸੌਖੇ ਤਰੀਕੇ ਦੇ ਨਾਲ ਕਰਤਾਰਪੁਰ ਕੋਰੀ ਜਿਹੜਾ ਗੁਰਦੁਆਰਾ ਵਾ ਉਹਦੇ ਦਰਸ਼ਨ ਦੀਦਾਰ ਨਸੀਬ ਹੋ ਜਾਣਗੇ। ਪਰ ਇੱਕ ਸਾਲ ਦੇ ਵਿੱਚ ਵਿੱਚ ਇਹ ਸੁਪਨਾ ਪੂਰਾ ਵੀ ਹੋਇਆ, ਸੱਚਾਈ ਵੀ ਬਣਿਆ। ਅਤੇ ਜਿੱਦਣ ਇਹ ਸੱਚਾਈ ਬਣਨ ਜਾ ਰਿਹਾ, ਜਿੱਦਣ ਕਰਤਾਰਪੁਰ ਲਾਂਘੇ ਦਾ ਇਫਤਤਾਹ ਹੋਣ ਜਾ ਰਿਹਾ, ਓਪਨਿੰਗ ਹੋਣ ਜਾ ਰਹੀ, ਉਸ ਦਿਨ ਇਸ ਗਾਣੇ ਦਾ ਜਿਹੜਾ ਹੀਰੋ ਸੀ ਸਨੀ ਦੇਵਲ, ਉਹ ਆਪ ਵੀ ਇਸ ਓਪਨਿੰਗ ਸੈਰੇਮਨੀ ਦੇ ਵਿੱਚ ਆ ਰਿਹਾ। ਜੀ ਹਾਂ, ਜਿੱਦਾਂ ਅਸੀਂ ਤੁਹਾਨੂੰ ਪਹਿਲੇ ਖਬਰਾਂ ਦਿੰਦੇ ਆਏ ਹਾਂ, ਪੰਜਾਬੀ ਪ੍ਰਚਾਰ ਟੀਵੀ ਤੁਹਾਨੂੰ ਹਰ ਖਬਰ ਵੇਲੇ ਸਿਰ ਦਿੰਦਾ ਆਇਆ, ਸਭ ਤੋਂ ਪਹਿਲੇ ਦਿੰਦਾ ਆਇਆ ਕਰਤਾਰਪੁਰ ਕੋਰੀਡੋਰ ਦੇ ਮੁਤਲਕ। ਅਤੇ ਅੱਜ ਤੁਹਾਨੂੰ ਅਸੀਂ ਕਰਤਾਰਪੁਰ ਕੋਰੀਡੋਰ ਦੀ ਓਪਨਿੰਗ ਸੈਰੇਮਨੀ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਕਿ ਉਹਦੇ ਵਿੱਚ ਮਾਰੂਫ ਮਸ਼ਹੂਰ ਜਿਹੜੇ ਹੀਰੋ ਆ, ਬਾਲੀਵੁੱਡ ਦੇ ਮਸ਼ਹੂਰ ਹੀਰੋ ਸਨੀ ਦੇਵਲ, ਉਹ ਵੀ ਸ਼ਰੀਕ ਹੋ ਰਹੇ ਆ। ਸਨੀ ਦੇਵਲ ਦੇ ਬਾਰੇ 'ਚ ਤੁਸੀਂ ਜਾਣਦੇ ਹੀ ਹੋਵੋਗੇ, ਧਰਮਿੰਦਰ ਉਹਨਾਂ ਦੇ ਵਾਲਦ ਜਿਹੜੇ ਸੀਗੇ ਅੱਬਾ ਜੀ, ਉਹ ਵੀ ਬੜੇ ਮਸ਼ਹੂਰ ਹੀਰੋ ਸੀ, ਬਹੁਤ ਸਾਰੀਆਂ ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ ਔਰ ਪੂਰੀ ਫਿਲਮ ਇੰਡਸਟਰੀ 'ਤੇ ਰਾਜ ਕਰਦੇ ਰਹੇ। ਸਨੀ ਦੇਵਲ ਆਪ ਵੀ ਬਹੁਤ ਮਸ਼ਹੂਰ ਹੀਰੋ ਆ, ਇਹਨਾਂ ਦੇ ਭਾਈ ਬੋਬੀ ਦੇਵਲ ਵੀ ਬਹੁਤ ਮਸ਼ਹੂਰ ਹੀਰੋ। ਅਤੇ ਸਨੀ ਦੇਵਲ ਹੁਣਾਂ ਦੀ ਫੈਮਿਲੀ ਜਿਹੜੀ ਆ, ਮਸ਼ਹੂਰ ਪੰਜਾਬੀ ਖਾਨਦਾਨ ਆ, ਪੰਜਾਬ ਦੇ ਨਾਲ ਇਹਨਾਂ ਦਾ ਤੱਲਕ ਆ, ਪੰਜਾਬ ਦੇ ਨਾਲ ਇਹਨਾਂ ਦੀ ਜੁੜਤ ਆ, ਅਤੇ ਉਹ ਫਿਲਮ ਇੰਡਸਟਰੀ ਦੇ ਵਿੱਚ ਇਸ ਖਾਨਦਾਨ ਨੇ ਰਾਜ ਕੀਤਾ ਔਰ ਕਰਕੇ ਦਿਖਾਇਆ ਔਰ ਦੱਸਿਆ ਕਿ ਕਿੱਦਾਂ ਰਾਜ ਕੀਤਾ ਜਾਂਦਾ। ਅਤੇ ਸਨੀ ਦੇਵਲ ਵੀ ਕਰਤਾਰਪੁਰ ਕੋਰੀਡੋਰ ਦੀ ਓਪਨਿੰਗ ਸੈਰੇਮਨੀ 'ਚ ਆ ਰਹੇ ਆ ਔਰ ਇੱਥੇ ਆ ਕੇ ਸ਼ਰੀਕ ਹੋਣਗੇ। ਉੱਦਾਂ ਤਾਂ ਪੰਜਾਬ ਨਾਲ ਜੁੜਿਆ ਹਰ ਬੰਦਾ ਹੀ ਆ ਰਿਹਾ, ਪੂਰੀ ਦੁਨੀਆ 'ਚੋਂ ਲੋਕ ਆ ਰਹੇ, ਇੰਡੀਆ ਦੇ ਵਿੱਚੋਂ ਵੀ ਲੋਕ ਆ ਰਹੇ, ਇੰਡੀਆ ਦੇ ਸਾਬਕ ਵਜ਼ੀਰ ਆਜ਼ਮ ਮਨਮੋਹਨ ਸਿੰਘ ਵੀ ਆ ਰਹੇ, ਸਾਬਕ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੀ ਆ ਰਹੇ, ਮੌਜੂਦਾ ਵਜ਼ੀਰ ਆਲਾ ਜਿਹੜੇ ਮਸ਼ਰਕੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਵੀ, ਆਪਣੀਆਂ ਹਰ ਤਰ੍ਹਾਂ ਦੀਆਂ ਧਮਕੀਆਂ ਦੇਣ ਦੇ ਬਾਵਜੂਦ ਔਰ ਅੱਗਾਂ ਲਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ, ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਲਾਂਬੂ ਲਾਉਣ ਦੀ ਕੋਸ਼ਿਸ਼ ਦੇ ਬਾਵਜੂਦ ਕੋਈ ਗੱਲ ਨਹੀਂ ਹੋਈ, ਕਰਤਾਰਪੁਰ ਕੋਰੀਡੋਰ ਖੁੱਲ੍ਹਣ ਜਾ ਰਿਹਾ, ਉਹਨਾਂ ਨੇ ਵੀ ਕਿਹਾ ਚਲੋ ਮੈਂ ਚਲਾਈ ਜਾਂਦਾ ਅਤੇ ਜਾ ਕੇ ਸ਼ਹੀਦਾਂ 'ਚ ਆਖਰੀ ਟਾਈਮ 'ਤੇ ਲਹੂ ਲਾ ਕੇ ਨਾਲ ਖਾਇਆ ਵਾਂ। ਪਰ ਸਨੀ ਦੇਵਲ ਦਾ ਆਉਣਾ ਬਹੁਤ ਵੱਡੀ ਗੱਲ ਆ, ਅਸੀਂ ਉਹਨਾਂ ਨੂੰ ਜੀਆਂ ਨੂੰ ਆਖਦੇ ਹਾਂ ਕਿ ਉਹ ਪਾਕਿਸਤਾਨ ਆ ਰਹੇ ਆ ਔਰ ਇੱਕ ਤਾਰੀਖੀ ਮੌਕੇ 'ਤੇ ਆ ਰਿਹਾ, ਔਰ ਐਸਾ ਮੌਕਾ ਤਾਰੀਖ ਦੇ ਵਿੱਚ ਮੁੜ ਕੇ ਆਉਣਾ ਹੀ ਨਹੀਂ, ਨਾ ਪਹਿਲੇ ਆਇਆ ਅਤੇ ਨਾ ਹੀ ਗਾਂ ਆਉਣਾ, ਇਹ ਦੋਵਾਂ ਮੁਲਕਾਂ ਦੇ ਵਿੱਚ ਨਹੀਂ ਪੂਰੀ ਦੁਨੀਆ ਦੀ ਤਾਰੀਖ ਦੇ ਵਿੱਚ ਇੱਕ ਬਹੁਤ ਵੱਡਾ ਮੌਕਾ ਵਾ, ਇੱਕ ਹਿਸਟੋਰੀਕਲ ਮੂਵਮੈਂਟ ਆ, ਇਤਿਹਾਸਿਕ ਲਮਾਂ ਵਾ, ਇਹਦੇ ਵਿੱਚ ਜਿਹੜਾ ਆਉਣ ਵਾਲਾ ਬੰਦਾ ਵਾ ਉਹ ਯਕੀਨਨ ਉਹਦੇ ਲਈ ਯਾਦਗਾਰ ਹੋਏਗਾ ਔਰ ਆਪਣੇ ਆਪ ਨੂੰ ਲੱਕੀ ਸਮਝੇਗਾ, ਖੁਸ਼ਕਿਸਮਤ ਸਮਝੇਗਾ ਕਿ ਇਸ ਤਾਰੀਖੀ ਮੌਕੇ ਦੇ ਉੱਤੇ ਉਹ ਉਸ ਥਾਂ 'ਤੇ ਮੌਜੂਦ ਸੀ। ਨੀਂਹ ਪੱਥਰ ਰੱਖਣ ਵੇਲੇ ਵੀ ਜਿਹੜੇ ਲੋਕ ਗਏ ਹੋਏ ਸੀ ਅਤੇ ਜਿਹੜੇ ਓਪਨਿੰਗ ਸੈਰੇਮਨੀ 'ਚ ਵੀ ਜਾ ਰਹੇ ਆ, ਇਹ ਬਹੁਤ ਵੱਡਾ ਯਾਦਗਾਰ ਮੌਕਾ। ਸਨੀ ਦੇਵਲ ਜੀ ਆ ਰਹੇ ਇਹਦੇ ਵਿੱਚ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜਦੋਂ ਫਨਕਾਰ ਕਿਸੇ ਮੁਲਕ 'ਚ ਜਾਂਦਾ, ਕਿਉਂਕਿ ਫਨਕਾਰ ਅਤੇ ਖਿਲਾੜੀ ਜਿਹੜੇ ਹੁੰਦੇ ਆ ਇਹ ਸਾਂਝੇ ਹੁੰਦੇ ਆ, ਜਿੱਦਾਂ ਰਾਂਝਾ ਸਭ ਦਾ ਸਾਂਝਾ, ਇੱਦਾਂ ਜਿਹੜਾ ਫਨਕਾਰ ਹੁੰਦਾ ਇਹ ਕਿਸੇ ਸਰਹੱਦ ਦਾ, ਕਿਸੇ ਹੱਦਬੰਦੀ ਦਾ, ਕਿਸੇ ਬਾਉਂਡਰੀ ਦਾ,
ਕਿਸੇ ਵੰਡ ਦਾ, ਕਿਸੇ ਲਕੀਰ ਦਾ ਮੁਤਾਜ ਨਹੀਂ ਹੁੰਦਾ। ਇਹ ਸਭ ਦਾ ਸਾਂਝਾ ਹੁੰਦਾ, ਪੂਰੀ ਲੁਕਾਈ ਜਿਹੜੀ ਹੁੰਦੀ ਹੈ ਇਹ ਸਭ ਦੇ ਹੁੰਦੇ ਆ, ਔਰ ਹਰ ਬੰਦਾ ਇਹਨਾਂ ਨੂੰ ਚਾਹੁੰਦਾ ਹੁੰਦਾ। ਇਸ ਲਈ ਮੈਂ ਇਹ ਗੱਲ ਪਹਿਲੇ ਵੀ ਕਹਿੰਦਾ ਹੁੰਦਾ ਕਿ ਕਿਸੇ ਵੀ ਫਨਕਾਰ ਨੂੰ ਕਦੀ ਵੀ ਮੁਲਕਾਂ ਦੀ ਜਿਹੜੀ ਸਿਆਸਤ ਆ ਉਹਦਾ ਹਿੱਸਾ ਨਹੀਂ ਬਣਨਾ ਚਾਹੀਦਾ। ਮੁਲਕਾਂ ਦੇ ਵਿੱਚ ਜਿੰਨੇ ਵੀ ਭਿੜ ਪੈ ਜਾਣ, ਇਹਨਾਂ ਫਨਕਾਰਾਂ ਨੂੰ ਉਹਦਾ ਹਿੱਸਾ ਨਹੀਂ ਬਣਨਾ ਚਾਹੀਦਾ ਅਤੇ ਇੱਕ ਦੂਜੇ ਦੇ ਖਿਲਾਫ਼ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਕੋਈ ਵੀ ਮੁਲਕ, ਕਿਉਂਕਿ ਹਰ ਮੁਲਕ ਦੀ ਲੁਕਾਈ ਜਿਹੜੀ ਹੁੰਦੀ ਹੈ ਇਹਨਾਂ ਨੂੰ ਪਸੰਦ ਕਰ ਰਹੀ ਹੁੰਦੀ ਹੈ। ਅਤੇ ਸਨੀ ਦੇਵਲ ਜੀ ਆ ਰਹੇ ਆ, ਇੱਕ ਹੱਦ ਤੱਕ ਰਾਇਤ ਜ਼ਰੂਰ ਦਿੱਤੀ ਜਾ ਸਕਦੀ ਔਰ ਕਰਨਾ ਵੀ ਚਾਹੀਦਾ ਜਦੋਂ ਕਿਸੇ ਮਜ਼ਲੂਮ 'ਤੇ ਕੋਈ ਜ਼ੁਲਮ ਹੋ ਰਿਹਾ ਹੋਵੇ, ਕਿਸੇ ਮਜ਼ਲੂਮ ਨਾਲ ਜ਼ਿਆਦਤੀ ਹੋ ਰਹੀ ਹੋਵੇ, ਜਿੱਦਾਂ ਕਸ਼ਮੀਰੀਆਂ ਨਾਲ ਅੱਜ ਕੱਲ੍ਹ ਹੋ ਰਹੀ, ਉੱਥੇ ਕੋਈ ਗੱਲ ਕਰ ਦੇਵੇ ਤਾਂ ਠੀਕ ਆ, ਪਰ ਉਵੇਂ ਜਦੋਂ ਦੋ ਮੁਲਕਾਂ ਦਾ ਆਪਸ ਦੇ ਵਿੱਚ ਜੰਗ ਭੇੜੀ ਜਾਂ ਮੁਖਾਲਫਤ ਕੋਈ ਪਈ ਹੋਵੇ, ਤਿੰਨਾਂ ਨੂੰ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਸਾਰਿਆਂ ਦੇ ਸਾਂਝੇ ਆ। ਇਸ ਲਈ ਜਦੋਂ ਇਹ ਕਿਸੇ ਮੁਲਕ 'ਚ ਜਾਂਦੇ ਆ, ਮੁਲਕਾਂ ਨੂੰ ਨੇੜੇ ਲਿਆਉਣ ਦਾ ਜ਼ਰੀਆ ਬਣਦੇ ਆ, ਇਹ ਦੂਰ ਕਰਨ ਦਾ ਕਾਰਨ ਨਹੀਂ ਹੁੰਦੇ। ਇਹਨਾਂ ਦੇ ਜ਼ਰੀਏ ਜਿਹੜੇ ਮੁਲਕ ਹੁੰਦੇ ਆ ਉਹ ਇੱਕ ਦੂਜੇ ਦੇ ਕੋਲ ਆਉਂਦੇ ਆ, ਲੁਕਾਈ ਦੀਆਂ ਮੁਹੱਬਤਾਂ ਵੱਧਦੀਆਂ ਵਾ, ਔਰ ਇਹ ਤਾਂ ਆਪ ਵੀ ਪਿਆਰ ਵੰਡਣ ਵਾਲੇ ਲੋਕ ਹੁੰਦੇ ਆ। ਇਸ ਲਈ ਸਨੀ ਦੇਵਲ ਜੀ ਪਾਕਿਸਤਾਨ ਆ ਰਿਹਾ, ਇਹਨਾਂ ਦਾ ਆਉਣਾ ਬਹੁਤ ਨੇਕ ਸ਼ਗੂਨ ਹੋਏਗਾ, ਸਾਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਪਾਕਿਸਤਾਨ ਆਉਣਗੇ ਔਰ ਇਸ ਤਾਰੀਖੀ ਮੌਕੇ 'ਤੇ ਆਉਣਗੇ, ਬਹੁਤ ਜ਼ਿਆਦਾ ਖੁਸ਼ੀ ਤੋਂ ਮੌਕਾ। ਅਤੇ ਇਹਨਾਂ ਦੇ ਜ਼ਰੀਏ ਜਿਹੜਾ ਦੋਵਾਂ ਮੁਲਕਾਂ ਦੇ ਵਿੱਚ ਕੜੱਤਣ ਆ, ਜਿਹੜੀਆਂ ਦੂਰੀਆਂ ਵਾ ਉਹ ਵੀ ਘਟਣਗੀਆਂ ਅਤੇ ਜਿਹੜੇ ਹਾਲਾਤ ਆ ਉਹ ਵੀ ਬਿਹਤਰ ਹੋਣਗੇ। ਇਸ ਲਈ ਸਨੀ ਦੇਵਲ ਜੀ ਵੈਲਕਮ ਜੀ, ਆਇਆਂ ਨੂੰ ਖੁਸ਼ ਆਮਦੀਦ, ਜਮ ਜਮ ਆਓ, ਇੱਕ ਵਾਰੀ ਨਹੀਂ 100 ਵਾਰੀ ਆਓ, 1000 ਵਾਰੀ ਆਓ, ਸਾਡੇ ਦਰਵਾਜ਼ੇ ਜਿਹੜੇ ਆ, ਸਾਡੇ ਬੂਹੇ ਤੁਹਾਡੇ ਲਈ ਹਰ ਵੇਲੇ ਖੁੱਲ੍ਹੇ ਆ।